ਤੇ ਇਹ ਬਈ ਆਪਣਾ ਗੱਗੂ ਤੀਜਾ ਜਾਨਵਰ ਹੈ ਹਨਾ। ਹਾਂਜੀ ਹਾਂ ਠੀਕ ਹੈ ਬਈ। ਤੇ ਇਹਦੀ ਜੇ ਮੈਂ ਬਈ ਬਲੱਡ ਲਾਈਨ ਬਾਰੇ ਗੱਲ ਕਰਾਂ, ਇਹ ਕਿਹੜੀ ਬਲੱਡ ਲਾਈਨ ਦੀ ਬਈ? ਅਨਨੋਨ ਬਈ, ਆਪਾਂ ਨੂੰ ਕੋਈ ਪਤਾ ਨਹੀਂ, ਖਰੀਦੀ ਹੋਈ ਹੈਗੀ। ਅੱਛਾ ਖਰੀਦੀ ਹੋਈ। ਹਾਂਜੀ ਹਾਂ। ਤੇ ਆਪਣੇ ਫਾਰਮ ਦੇ ਉੱਤੇ ਆਈ ਨੂੰ ਇਹਨੂੰ ਬਈ ਲਗਭਗ ਕਿੰਨੇ ਕੁ ਦਿਨ ਹੋ ਗਏ? ਆਪਣੇ ਕੋਲ ਆਈ ਨੂੰ 15 ਕੁ ਦਿਨ ਹੋ ਗਏ ਹੋਣਗੇ। ਅੱਛਾ ਬਈ। ਹਾਂਜੀ। ਤੇ ਘੋੜੀ ਗੱਬਣਾ ਹੈ ਜਾਂ ਖਾਲੀ ਹੈ ਬਈ? ਇਹਨੂੰ 16-17 ਦਿਨ ਹੋ ਗਏ ਮਿਲਾਈ ਹੋਈ ਨੂੰ, ਪਿੱਛੇ ਮਿਲੀ ਹੋਈ ਹੈਗੀ ਜੀ। ਆਪਣੇ ਕੋਲ ਸਾਰੇ ਪ੍ਰੂਫ ਹੈਗੇ, ਫੋਟੋ ਵੀਡੀਓ ਹੈਗੀ ਹੈ ਜੀ। ਅੱਛਾ ਅੱਛਾ। ਕਿਹੜੇ ਘੋੜੇ ਤੋਂ ਬਈ? ਪਿੱਛੇ ਨੁਗਰੇ ਘੋੜੇ ਤੋਂ ਮੇਟ ਹੈ ਜੀ, ਫੋਟੋ ਵੀਡੀਓ ਹੈਗੀ, ਆਈ ਨਹੀਂ ਪਤਾ ਵੀ ਕਿਹੜਾ ਘੋੜਾ ਹੈਗਾ। ਠੀਕ ਹੈ ਬਈ। ਹਾਈਟ ਵਗੈਰਾ ਪਤਾ ਵੀ ਉਹ ਘੋੜੇ ਦੀ ਕਿੰਨੀ ਹੈ? 64 ਇੰਚ ਕਹਿੰਦੇ ਸੀਗੇ ਜੀ। ਅੱਛਾ 64 ਇੰਚ ਕਹਿੰਦੇ। ਠੀਕ ਹੈ ਬਈ। ਤੇ ਘੋੜੀ ਵਾਲ ਪੌਰੀਆਂ ਨੇ ਕਿਵੇਂ ਬਈ? ਸਾਫ ਹੈ ਜੀ। ਅੱਛਾ ਸਾਫ ਹੈ। ਤੇ ਪਿੰਡ ਬਈ ਆਪਣਾ ਦੱਸ ਦੇ, ਇੱਕ ਜ਼ਿਲ੍ਹਾ ਦੱਸ ਦੇ। ਜ਼ਿਲ੍ਹਾ ਮਾਨਸਾ। ਠੀਕ ਹੈ ਜੀ। ਪਿੰਡ ਬੁਰਜ ਰਾਠੀਆ ਦੋਸਤੋ, ਜ਼ਿਲ੍ਹਾ ਮਾਨਸਾ ਗਾ। ਤੇ ਬਈ ਆਪਣੇ ਵਿਊਵਰਾਂ ਨੂੰ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਜ਼ਰੂਰ ਦੱਸ ਦੇ। 9781-58075। ਠੀਕ ਹੈ ਬਈ। ਤੇ ਮੁੱਲਵਾਨੀ ਕੀ ਕਰਦੇ ਹੋ ਬਈ ਇਹਦਾ? ਇਹਦਾ ਮੁੱਲ 1,20,000 ਹੈ ਬਈ। ਅੱਛਾ 1,20,000 ਹੈ। ਤੇ ਕਿੰਨੀ ਉਮਰ ਦੀ ਹੈ ਬਈ ਇਹ? ਇਹ 4.5 ਸਾਲ ਦੀ ਹੈ ਜੀ। ਅੱਛਾ 4.5 ਸਾਲ। ਤੇ ਹਾਈਟ ਕਿੰਨੀ ਹੈ ਬਈ ਇਹਦੀ? ਹਾਈਟ ਇਹਦੀ 61 ਇੰਚ ਹੈ ਜੀ। ਅੱਛਾ 61 ਇੰਚ ਹਾਈਟ। ਠੀਕ ਹੈ ਬਈ। ਸਕੇਲ ਵਾਲੀ ਜਾਂ ਬਈ ਫੱਟੀ ਵਾਲੀ? ਫੱਟੀ ਵਾਲੀ। ਅੱਛਾ ਫੱਟੀ ਵਾਲੀ 61 ਇੰਚ ਹੈ। ਤੇ ਅੰਦਰ ਆਪਣੀ ਵੀ ਸਵਾਰੀ ਸਵੂਰੀ ਕਿੰਨੀ ਕੁ ਕਰ ਲੈਣੇ ਬਈ? ਸਵਾਰੀ ਪਾਸ ਹੈ ਜੀ ਵਧੀਆ। ਅੱਛਾ ਪੂਰਾ ਵਧੀਆ ਸੀਲ ਸਾਊ ਹੈ, ਕੋਈ ਦਿੱਕਤ ਨਹੀਂ ਜੀ। ਠੀਕ ਹੈ ਬਈ। ਵੀ ਪਹਿਲੇ ਪਹਿਲੀ ਵਾਰੀ ਜੇ ਬੰਦੇ ਨੇ ਰੱਖਣੀ ਆ ਤਾਂ ਵੇਚੇ ਜੀ ਕੋਈ ਰੱਖ ਸਕਦਾ? ਹਾਂਜੀ ਹਾਂ। ਤੇ ਰੇਵੀਆ ਰੂਬੀਆ ਕਿੰਨਾ ਕੁ ਤੁਰਦੀ ਹੈ ਬਈ? ਵਧੀਆ ਤੁਰਦੀ ਹੈ ਜੀ, ਸਾਫ ਤੁਰਦੀ ਹੈ, ਸੋਹਣਾ ਤੁਰਦੀ ਹੈ ਜਿੰਨਾ ਤੁਰਦੀ। ਠੀਕ ਹੈ ਬਈ। ਤੇ ਬਾਲ ਪੌੜੀਆਂ ਦੀ ਕਿਵੇਂ ਬਈ? ਸਾਫ ਹੈ ਜੀ। ਠੀਕ ਹੈ ਬਈ। ਤੇ ਦੋਸਤੋ ਘੋੜੀ ਤੁਹਾਨੂੰ ਕਿਵੇਂ ਲੱਗੀ, ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇੱਕ ਬਾਈ ਗੱਗੂ ਆਪਣਾ ਨੰਬਰ ਜ਼ਰੂਰ ਦੱਸ ਦੇ। 9781-58075। ਠੀਕ ਹੈ ਬਈ। ਦੁਬਾਰੇ ਫੇਰ ਦੱਸ ਦੇ। 9781-58075। ਠੀਕ ਹੈ ਬਈ। ਤੇ ਦੋਸਤੋ ਤੁਹਾਨੂੰ ਕਿਹੜੀ ਕਿਵੇਂ ਲੱਗੀ, ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜੇ ਤੁਸੀਂ ਹਜੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ। ਅਤੇ ਜੇ ਤੁਹਾਨੂੰ ਘੋੜੀ ਪਸੰਦ ਆਉਂਦੀ ਹੈ ਤਾਂ ਬਾਈ ਗੱਗੂ ਨਾਲ ਇੱਕ ਵਾਰੀ ਗੱਲਬਾਤ ਕਰਕੇ ਘੋੜੀ ਨੂੰ ਖਰੀਦ ਸਕਦੇ ਹੋ। ਅਤੇ ਪਹਿਲੀ ਵਾਰੀ ਰੱਖਣ ਵਾਲੇ ਬੰਦਿਆਂ ਵਾਸਤੇ ਬਹੁਤ ਸਹੀ ਘੋੜੀ ਹੈ। ਅਤੇ ਇੱਕ ਵਾਰੀ ਜ਼ਰੂਰ ਬਾਈ ਦੇ ਫਾਰਮ 'ਤੇ ਆ ਕੇ ਵਿਜਿਟ ਕਰੋ। ਧੰਨਵਾਦ ਦੋਸਤੋ।